किसान जथेबंदियां ने एक बारी फिर अपनी मंगां दे समर्थन विच चंडीगढ़ घेरिया होया। चंडीगढ़ दे जिहड़े नाल लगदे पंजाब दे जिहड़े एरिया हैगे आ उत्थे बहुत भारी संख्या च किसान इकट्ठे होए ने, जबकि SKM दे जिहड़े लीडर हैगे आ जां जिहड़ी जथेबंदियां SKM दे विच शामिल आ उहनां दे लीडर चंडीगढ़ सैक्टर 35 किसान भवन च इकट्ठे होए ने। इहनां दी अज मुख्यमंत्री पंजाब भगवंत मान जी नाल मीटिंग हैगी है। मीटिंग दा टाइम शामी 4 बजे आ, पर हाले SKM दे जिहड़े लीडर आ उन्होंने हाले फैसला नहीं किया भी वह 4 बजे भगवंत मान जी नाल मिलणगे जां नहीं मिलणगे। साढ़े नाल किसान लीडर उन्हां नाल गलबात करदे, सर तुसीं हाले फैसला नहीं होया भी CM नाल मुलाकात होएगी या नहीं होएगी, लेकिन फिर जदि CM नाल मुलाकात ही नहीं करोगे तो फिर सर समस्या का हल निकलूगा किदां? समस्या का हल तो सरकार ने करना है, उन्होंने चंगी तरह पता है भी समस्या की है। और अफसोस है भी इतिहास सिर जिता है इस सरकार ने, 1 अक्तूबर तो खरीद शुरू होंदी है, 31 अक्तूबर तक इहदा समा हुंदा है, अज 19 तारीख हो गई हाले तक खरीद नहीं शुरू हुई रेगुलर, ना तो कोई लिफ्टिंग हो रही है। मंडिया च अंबार लगे पए ने झोने दे, लोगों ने खेतों में जाके ढेर लाने शुरू कर दिते, तो सरकार कुंभकर्णी नींद सुती पई है। तो असी अपनी ये गल कहण वास्ते प्रोटेस्ट करन वास्ते इत्थे आए तो मुख्यमंत्री नूं सत्ता का नशा इन्ना चढ़िया और चंडीगढ़ एडमिनिस्ट्रेशन का रब्बे राखा वो कहिंदे भी असी तुहानूं मुख्यमंत्री तक जाण नहीं देना। थां थां ते साढ़े जिहड़े वर्कर सी उन्होंने घेरा पाया गया और सारी दिहाड़ी उत्थे चौंकां च बिठा के रख्या। अज फिर उही हाल है, असी जिहड़े इत्थे कल दे किसान भवन च इकट्ठे हाँ सानूं जाण नहीं दिता जा रहा चीफ मिनिस्टर दे रेजीडेंस वल। तो यह स्थिति दिन ब दिन बिगड़ रही है। ਮੈਨੂੰ ਇਹ ਲੱਗਦਾ ਹੈ ਵੀ ਸਰਕਾਰ ਦੀਆਂ ਨਲਾਇਕੀਆਂ ਨਾਲ ਕੇਂਦਰ ਸਰਕਾਰ ਵੀ ਇਹਦੇ ਵਿੱਚ ਭਾਈਵਾਲ ਹੈ, ਦੋਨਾਂ ਦਾ ਦੋਸ਼ ਹੈ ਨਾ। ਉਹਨਾਂ ਨੇ ਇੱਥੋਂ ਤੇ ਮੂਵਮੈਂਟ ਕੀਤੀ ਹੈ ਅਨਾਜ ਦੀ ਮੂਵਮੈਂਟ ਜਿੰਨੀ ਦੇਰ ਨਹੀਂ ਹੋਏਗੀ ਗੋਦਾਮ ਖਾਲੀ ਨਹੀਂ ਹੋਣਗੇ, ਨਵਾਂ ਚੌਲ ਉੱਥੇ ਲੱਗਣਾ ਨਹੀਂ, ਮਿਲਰਸ ਇਸ ਐਗਰੀਮੈਂਟ ਨਹੀਂ ਕਰਨਗੇ। ਇਹ ਦੋਨੋਂ ਚੀਜ਼ਾਂ ਜੁੜੀਆਂ ਔਰ ਇਹ ਨਿਰਾ ਇੱਥੇ ਤੱਕ ਸੀਮਤ ਨਹੀਂ ਹੈ, ਟੋਟਲ ਪੰਜਾਬ ਦੀ ਇਕਨੋਮੀ ਦਾ ਸਵਾਲ ਹੈ। 43,000 ਕਰੋੜ ਰੁਪਈਏ ਦੀ ਜਿਹੜੀ CCL ਲਿਮਿਟ ਹੈ ਉਹ ਮਨਜ਼ੂਰ ਹੋ ਚੁੱਕੀ ਹੈ, ਉਹ ਮਾਰਕੀਟ ਤਾਂ ਆਏਗਾ ਜੇ ਝੋਨਾ ਵਿਕੇਗਾ, ਉਹਦੇ ਬਾਅਦ ਸਰਕਾਰ ਬਰੀ ਤਾਂ ਹੋਏਗੀ, ਪੰਜਾਬ ਸਟੇਟ ਤਾਂ ਬਰੀ ਹੋਏਗੀ ਜੇ ਰਾਈਸ ਕੇਂਦਰ ਸਰਕਾਰ ਦੇ ਗੋਦਾਮਾਂ ਚਲਾ ਜਾਏਗਾ। ਤਾਂ ਇਹ ਦੋਨੋਂ ਚੀਜ਼ਾਂ ਆਪਸ ਮਿਲੀਆਂ ਔਰ ਸਰਕਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਇਹਨੂੰ ਬ੍ਰੇਕ ਲਾਈ ਹੋਈ ਹੈ ਔਰ ਮੈਨੂੰ ਲੱਗਦਾ ਵੀ ਇਸ ਬ੍ਰੇਕ ਦੇ ਵਿੱਚ ਕਿਤੇ ਪੰਜਾਬ ਦੀ ਇਕਨੋਮੀ ਦਾ ਪੱਠਾ ਨਾ ਬਹਿ ਜਾਏ। ਉਹਦੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਕਿਉਂਕਿ ਪੰਜਾਬ ਸਾਡਾ ਹੈ, ਅਸੀਂ ਪੰਜਾਬ ਨੂੰ ਬਚਾਉਣ ਦੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਹੁਣ ਕਿਸੇ ਇੱਕ ਕਿੱਤੇ ਦੀ ਗੱਲ ਨਹੀਂ, ਸਮੁੱਚੇ ਪੰਜਾਬ ਨੂੰ ਬਚਾਉਣ ਦੀ ਗੱਲ ਹੈ। ਇਸ ਕਰਕੇ ਸਾਰੇ ਮੈਦਾਨ ਚ ਉਤਰੋ, ਹੁਣ ਇੱਕ ਵੱਡਾ ਸੰਘਰਸ਼ ਸ਼ੁਰੂ ਹੋਏਗਾ ਤਾਂ ਪੰਜਾਬ ਬਚੇਗਾ। ਦਿੱਲੀ ਵਾਲਿਆਂ ਦਾ ਮੂੰਹ ਸਿੱਧਾ ਨਹੀਂ, ਉਹ ਪੰਜਾਬ ਨੂੰ ਨਫ਼ਰਤ ਕਰਦੇ ਨੇ, ਜਿਹੜੇ ਭਾਜਪਾ ਵੱਲ ਨੂੰ ਭੱਜੇ ਜਾਂਦੇ ਨੇ ਆਗੂ, ਉਹ ਸਮਝ ਲੈਣ ਵੀ ਉਹਨਾਂ ਦਾ ਕੀ ਹਸ਼ਰ ਲੋਕ ਕਰਨਗੇ ਜੇ ਉਹਨਾਂ ਨੂੰ ਜਿਹੜਾ ਭਾਜਪਾ ਦਾ ਬੁਖਾਰ ਚੜ੍ਹਿਆ। ਸਾਨੂੰ ਕਿਸੇ ਦੀ ਪੋਲੀਟਿਕਸ ਨਾਲ ਕੋਈ ਇਤਰਾਜ਼ ਨਹੀਂ, ਪਰ ਅਸੀਂ ਪੰਜਾਬ ਨੂੰ ਬਰਬਾਦ ਹੁੰਦਾ ਬਰਦਾਸ਼ਤ ਨਹੀਂ ਕਰ ਸਕਦੇ। ਅੱਛਾ ਸਰ, ਮੈਂ ਪਿੱਛੇ ਕਈ ਦਿਨਾਂ ਤੋਂ ਮੈਂ ਦੇਖਦਾ ਆ ਰਿਹਾ ਸੈਂਟਰ ਗੌਰਮੈਂਟ ਦੇ ਜਿਹੜੇ ਲੀਡਰ ਹੈਗੇ ਆ, BJP ਦੇ ਜਿਹੜੇ ਸੀਨੀਅਰ ਲੀਡਰ ਹੈਗੇ ਆ, ਉਹ ਸਟੇਟ ਗੌਰਮੈਂਟ ਨੂੰ ਦੋਸ਼ੀ ਠਹਿਰਾ ਰਿਹਾ ਇਸ ਮਾਮਲੇ 'ਚ। ਤੁਸੀਂ ਹਾਲਾਂਕਿ ਕਹਿ ਰਹੇ ਹੋ ਵੀ ਦੋਨੋਂ ਆਪਸ 'ਚ ਇਸ ਮਾਮਲੇ 'ਚ ਭਾਗੀਦਾਰ ਆ, ਸਟੇਟ ਗੌਰਮੈਂਟ ਦੇ ਜਿਹੜੇ ਲੀਡਰ ਹੈਗੇ ਆ ਉਹ ਸੈਂਟਰ ਗੌਰਮੈਂਟ ਨੂੰ ਦੋਸ਼ੀ ਠਹਿਰਾ ਰਹੇ ਆ ਇਸ 'ਚ, ਮਤਲਬ ਕਿ ਇਹ ਇੱਕ ਦੂਜੇ ਦੇ ਉੱਤੇ ਆਰੋਪ ਪ੍ਰਤਾਰੋਪ ਦੀ ਜਿਹੜੀ ਆ ਕਾਰਵਾਈ ਚੱਲ ਰਹੀ ਆ, ਪਰ ਇਸ 'ਚ ਕਿਸਾਨ ਜਿਹੜਾ ਉਹ ਪਿੱਸ ਰਿਹਾ। ਨਹੀਂ, ਗੱਲ ਸਮਝੋ ਕੀ ਹੈ, ਅੱਜ ਦੇ ਸਮੇਂ 'ਚ ਤੁਸੀਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। FCI ਸੈਂਟਰ ਦੇ ਅਧੀਨ ਹੈ, FCI ਦੇ ਗੋਦਾਮਾਂ 'ਚ 132 ਲੱਖ ਟਨ ਅਨਾਜ ਪਿਆ, ਜਿੰਨੀ ਦੇਰ ਤੱਕ ਉਹ ਇੱਥੋਂ ਤੇ ਦੂਸਰੀਆਂ ਸਟੇਟਾਂ 'ਚ ਨਹੀਂ ਜਾਏਗਾ, ਗੋਦਾਮ ਖਾਲੀ ਨਹੀਂ ਹੋਣਗੇ, ਤਾਂ ਜਿਹੜਾ ਨਵਾਂ ਅਨਾਜ ਆਇਆ ਉਹ ਗੋਦਾਮਾਂ 'ਚ ਨਹੀਂ ਲੱਗੇਗਾ ਔਰ ਨਵੇਂ ਸਿਰੇ ਸਾਨੂੰ ਇਹ ਪਤਾ ਹੁਣ ਇਸ ਤਰ੍ਹਾਂ ਹਾਲਾਤ ਨੇ ਇਹ ਵੀ ਹਾਲਾਤ ਪੈਦਾ ਕਰ ਦਿੱਤੇ, ਨਵੀਂ ਫਸਲ ਕਣਕ ਦੀ ਆ ਜਾਣੀ ਹੈ ਨਵੇਂ ਸਿਰੇ 135 ਲੱਖ ਟਨ ਉਹ ਆ ਜਾਣਾ, ਇਹ ਸਾਰਾ ਕੁਝ ਬ੍ਰੇਕ ਲੱਗ ਜਾਣੀ ਹੈ ਜਦੋਂ। ਇਹਦੇ ਲਈ ਸਿਰਫ ਅਤੇ ਸਿਰਫ ਕੇਂਦਰ ਸਰਕਾਰ ਜ਼ਰੂਰੀ ਹੈ, ਮੂਵਮੈਂਟ ਰੇਲਵੇ ਉਹਨਾਂ ਦੇ ਕੋਲ ਹੈ, FCI ਉਹਨਾਂ ਦੇ ਕੋਲ ਹੈ, ਮੂਵਮੈਂਟ ਦੂਜੀਆਂ ਸਟੇਟਾਂ ਨੂੰ ਕਰਨੀ ਹੈ ਉਹਨਾਂ ਦੇ ਕੋਲ ਹੈ, ਅਤੇ ਉਹ ਕਿਵੇਂ ਬਰੀ ਹੋ ਸਕਦੇ ਹੈ ਜੀ? ਦੇ ਆਰ ਪਾਰਟ ਆਫ ਦਿਸ ਕੰਸਪੀਰੇਸੀ, ਪੰਜਾਬ ਨੂੰ ਖਤਮ ਕਰਨ ਦੀ ਸਾਜਿਸ਼ ਦਾ ਇੱਕ ਵੱਡਾ ਮੋਹਰਾ ਕੇਂਦਰ ਸਰਕਾਰ ਦੇ ਹੁਕਮਰਾਨ ਨੇ। ਅੱਛਾ, ਸਟੇਟ ਗੌਰਮੈਂਟ ਦੇ CM ਤੁਹਾਨੂੰ ਮਿਲਣਾ ਚਾਹੁੰਦੇ ਆ, ਤੁਹਾਨੂੰ ਬਕਾਇਦਾ ਟਾਈਮ ਦਿੱਤਾ ਹੋਇਆ, ਪਰ ਤੁਸੀਂ ਹਾਲੇ ਤੱਕ ਇਹ ਡਿਸਾਈਡ ਹੀ ਨਹੀਂ ਕਰ ਪਾ ਰਹੇ ਵੀ ਹਾਂ ਯਾਰ CM ਸਾਹਿਬ ਨੂੰ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ। ਅਸੀਂ ਵਿਚਾਰ ਕਰ ਰਹੇ ਹਾਂ ਹਾਲੇ,
ਵੀ ਇਹਨੂੰ ਮੇਰਿਆਂ ਕੋਲ ਲੱਭੂਗਾ ਕਿ ਇਹਨੇ ਇਹ ਹੈਗਾ ਵਿਚਾਰਾ ਕਾਮੇਡੀਅਨ ਹੈ ਕਿਤੇ ਕੋਈ ਕਾਮੇਡੀ ਕਰਕੇ ਫੇਰ ਤਾਂ ਨਹੀਂ ਭੱਜ ਜਾਊ ਅਸੀਂ ਬਹੁਤ ਵਾਰੀ ਮਿਲ ਚੁੱਕੇ ਜੀ ਇਹਦੇ ਚੀਫ ਸੈਕਟਰੀ ਨੂੰ ਇਹਦੇ ਪ੍ਰਿੰਸੀਪਲ ਸੈਕਟਰੀ ਨੂੰ ਇਹਦੇ ਫੂਡ ਸੈਕਟਰੀ ਨੂੰ ਸਾਰਿਆਂ ਨੂੰ ਇੱਕ ਵਾਰ ਨਹੀਂ ਕਈ ਵਾਰੀ ਮੀਟਿੰਗਾਂ ਹੋ ਚੁੱਕੀਆਂ ਪੰਤਾਲਾ ਉੱਥੇ ਦਾ ਉੱਥੇ ਇਸ ਕਰਕੇ ਅਸੀਂ ਵਿਚਾਰ ਕਰ ਰਹੇ ਹਾਂ ਹਾਲੇ ਅੱਜ 12 ਵਜੇ ਫਿਰ ਕਹਿੰਦੇ ਜਿਹੜੇ ਮਿਨਿਸਟਰ ਹੈਗੇ ਫੂਡ ਸਪਲਾਈ ਮਿਨਿਸਟਰ ਹੈਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਸੱਦੀ ਹੈ ਔਰ ਸਿਰਫ ਇਸੇ ਕਰਕੇ ਸੱਦੀ ਹੈ ਵੀ ਉਹ ਜਿਹੜਾ ਸਟੇਟ ਗਵਰਨਮੈਂਟ ਦਾ ਜਿਹੜਾ ਪਕਸ਼ ਹੈਗਾ ਉਹ ਮੀਡੀਆ ਦੇ ਸਾਹਮਣੇ ਰੱਖ ਸਕਣ ਮਹਾਨ ਨਲਾਇਕ ਫੂਡ ਮਿਨਿਸਟਰ ਅੱਜ ਤੱਕ ਕਿਹੜਾ ਨਲਾਇਕ ਫੂਡ ਮਿਨਿਸਟਰ ਪੰਜਾਬ 'ਚ ਕਦੇ ਨਹੀਂ ਆਇਆ ਉਹਦੀ ਡਿਊਟੀ ਹੁੰਦੀ ਆ ਫੂਡ ਮਿਨਿਸਟਰ ਦੀ ਮੇਰਾ ਅੱਜ ਆਰਟੀਕਲ ਵੀ ਛਪਿਆ ਅਜੀਤ ਅਖਬਾਰ ਦੇ ਵਿੱਚ ਮੈਂ ਉਹਦੇ 'ਚ ਵੀ ਜ਼ਿਕਰ ਕੀਤਾ ਫੂਡ ਮਿਨਿਸਟਰ ਦਾ ਇੱਕ ਪੈਰ ਦਿੱਲੀ ਹੁੰਦਾ ਇੱਕ ਪੰਜਾਬ 'ਚ ਹੁੰਦਾ ਜਦੋਂ ਜਿੰਨੀ ਦੇਰ ਤੱਕ ਸਾਰਾ ਜਿਹੜਾ ਅਨਾਜ ਹੈ ਮੂਵਮੈਂਟ ਹੋ ਕੇ ਉੱਥੇ ਨਹੀਂ ਚਲਾ ਜਾਂਦਾ ਇਹਨੇ ਅੱਜ ਤੱਕ ਇੱਕ ਵੀ ਮੀਟਿੰਗ ਦਿੱਲੀ ਜਾ ਕੇ ਨਹੀਂ ਕੀਤੀ ਜਾ ਕੇ ਛੁਪਿਆ ਤੱਕ ਨਹੀਂ 14 ਤਰੀਕ ਨੂੰ ਮੁੱਖ ਮੰਤਰੀ ਜਦੋਂ ਅਸੀਂ 11 ਤਰੀਕ ਨੂੰ ਸਾਰੇ ਪੰਜਾਬ ਵਿੱਚ ਟ੍ਰੈਫਿਕ ਬਲੌਕ ਕੀਤਾ ਤਾਂ 14 ਤਰੀਕ ਨੂੰ ਮੁੱਖ ਮੰਤਰੀ ਉੱਥੇ ਗਿਆ ਔਰ ਫਿਰ ਡਰਾਮਾ ਕਰਕੇ ਆ ਗਿਆ ਜਿਹੜਾ ਸੈਂਟਰ ਦਾ ਫੂਡ ਮਿਨਿਸਟਰ ਸੀ ਉਹਨੇ ਵੀ ਇਹਦੇ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਉਹਨੇ ਕਿਹਾ ਜੀ ਮੈਂ ਤਾਂ ਮਦਰਾਸ ਜਾਣਾ ਮੇਰੀ ਫਲਾਈਟ ਤਿਆਰ ਹੈ ਮੈਂ ਤਾਂ ਛੇਤੀ ਜਾਣਾ ਇੱਕ ਬੁੱਕੇ ਦੇ ਕੇ ਆ ਗਿਆ ਉਹਨੂੰ ਅਤੇ ਬਾਹਰ ਆ ਕੇ ਝੂਠ ਬੋਲਤਾ ਸਾਰੀਆਂ ਮੰਗਾਂ ਮੰਨੀ ਗਈਆਂ ਤਾਂ ਪੰਜਾਬ ਦੇ ਲੋਕ ਸਭ ਸਮਝਦੇ ਨੇ ਕਿਹੜਾ ਕੀ ਕਰ ਰਿਹਾ ਲੋਕਾਂ ਦੇ ਰਾਡਾਰ 'ਤੇ ਹੈ ਇਹ ਮਤ ਸਮਝਣ ਕੇਂਦਰ ਸਰਕਾਰ ਵਾਲੇ ਵੀ ਉਹ ਉਹਨਾਂ ਨੂੰ ਅਸੀਂ ਨਹੀਂ ਸਮਝਦੇ ਇਹ ਮਤ ਸਮਝੇ ਪੰਜਾਬ ਦਾ ਮੁੱਖ ਮੰਤਰੀ ਵੀ ਉਹਦੇ ਹੁਣ ਲੋਕਾਂ ਨੂੰ ਸਮਝ ਨਹੀਂ ਪੈਂਦੀ ਇਹ ਰਾਜਨੀਤੀ ਪੰਜਾਬ ਦੇ ਲੋਕਾਂ ਨਾਲ ਰਾਸ ਨਹੀਂ ਆਏਗੀ ਅੱਛਾ ਸਰ ਹੁਣ ਸੀਐਮ ਦੀ ਜਿਹੜੀ ਮੀਟਿੰਗ ਹੈ 4 ਵਜੇ ਫਿਕਸ ਹੈ ਟਾਈਮ ਦਿੱਤਾ ਹੋਇਆ ਇਸ ਦਾ ਫੈਸਲਾ ਕਦੋਂ ਹੋਏਗਾ ਅੱਜ 12 ਵਜੇ ਮੀਟਿੰਗ ਹੈ ਸਕੀਮ ਦੀ ਉਹਦੇ ਵਿੱਚ ਫੈਸਲਾ ਕਰਾਂਗੇ 1 ਵਜੇ ਤੱਕ ਫੈਸਲਾ ਕਰਕੇ ਦੱਸ ਦੇਵਾਂਗੇ ਚਲੋ ਥੈਂਕ ਯੂ 12 ਵਜੇ ਐਸਕੀਐਮ ਦੇ ਜਿਹੜੇ ਲੀਡਰ ਆ ਉਹਨਾਂ ਦੀ ਮੀਟਿੰਗ ਹੈਗੀ ਆ ਉਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਜਾਣਾ ਹੈ ਕਿ 4 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਇਸ ਮੁੱਦੇ 'ਤੇ ਬਈ ਧਾਨ ਦੀ ਖਰੀਦ ਜਾਂ ਝੋਨੇ ਦੀ ਖਰੀਦ ਦੇ ਮੁੱਦੇ 'ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਇਸ ਸੰਬੰਧ ਵਿੱਚ ਫੈਸਲਾ ਕੀਤਾ ਜਾਏਗਾ ਔਰ 1 ਵਜੇ ਜਿਹੜੀ ਹੈ ਮੀਡੀਆ ਨੂੰ ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਜਾਏਗੀ ਹੁਣ ਦੇਖਣਾ ਇਹ ਹੈ ਕਿ ਇਸ ਮੀਟਿੰਗ ਵਿੱਚ ਫੈਸਲਾ ਕੀ ਹੁੰਦਾ ਮੈਂ ਦਿਨੇਸ਼ ਗੋਇਲ ਕੈਮਰਾਮੈਨ ਦੀਪਕ ਦੇ ਨਾਲ ਥੈਂਕਸ ਫਾਰ ਟੀਵੀ ਲਈ ਚੰਡੀਗੜ੍ਹ ਤੋਂ ਦੈਨਿਕ ਸਵੇਰਾ ਅਤੇ ਫੋਕਸਵੈਗਨ 18, 19 ਅਤੇ 20 ਅਕਤੂਬਰ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਤੁਹਾਡੇ ਲਈ ਲੈ ਆਏ ਨੇ ਆਟੋ ਐਕਸਪੋ 2024 ਜਿਸ ਵਿੱਚ ਤੁਹਾਨੂੰ ਮਿਲਣਗੀਆਂ ਲਗਜ਼ਰੀ ਕਾਰਾਂ ਬਾਈਕਸ ਕਿਡ ਜ਼ੋਨ ਆਕਰਸ਼ਕ ਤੋਹਫੇ ਫੂਡ ਕੋਰਟ ਲਾਈਵ ਪਰਫਾਰਮੈਂਸਿਸ ਫ੍ਰੀ ਮਹਿੰਦੀ ਤੇ ਨੇਲ ਆਰਟ ਵੀ ਦੁਪਹਿਰ 12 ਤੋਂ 8 ਵਜੇ ਤੱਕ ਪਹੁੰਚੋ ਜ਼ਰੂਰ ਆਟੋ ਐਕਸਪੋ 2024 ਐਸੋਸੀਏਟ ਸਪਾਂਸਰ ਅਡਾਨੀ ਗੈਸ ਇੰਟਰਟੇਨਮੈਂਟ ਪਾਰਟਨਰ ਮਿਰਚੀ ਐਂਡ ਗਾਨਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।